ਬਟਾਲਾ ਦੀ ਨਗਰ ਨਿਗਮ ਵਾਰਡ ਨੰਬਰ 24 ਚੋਂ ਚੱਲ ਰਹੀ ਜਿਮਨੀ ਚੋਣ 'ਚ ਚਾਰ ਪਾਰਟੀਆਂ ਦੇ ਉਮੀਦਵਾਰਾਂ ਨੇ ਅੱਜ ਅਖੀਰਲੇ ਦਿਨ ਭਰੇ ਆਪਣੇ ਆਪਣੇ ਕਾਗਜ਼। ਬਟਾਲਾ ਨਗਰ ਨਿਗਮ ਵਾਰਡ ਨੰਬਰ 24 ਚਾਰਾਂ ਪਾਰਟੀਆਂ ਨੇ ਅੱਜ ਅਖੀਰਲੇ ਦਿਨ ਆਪਣੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਹਨ। ਤੁਹਾਨੂੰ ਦੱਸ ਦਈਏ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਨ੍ਹਾਂ ਦੇ ਭਰਾ ਦੀ ਮੌਤ ਤੋਂ ਬਾਅਦ ਜਿਮਨੀ ਚੋਣ ਹੋਣ ਜਾ ਰਹੀ ਹੈ, ਵੇਖਣਾ ਹੋਵੇਗਾ ਕਿੰਨਾ ਕੁ ਲੋਕ ਹੁਣ ਫਤਵਾ ਦਿੰਦੇ ਹਨ ਜਿੱਤੇ ਹੋਏ ਕੌਂਸਲਰ ਦੇ ਭਰਾ ਨੂੰ ਜਾਂ ਫਿਰ ਵਿਧਾਇਕਾਂ ਦੀਆਂ ਹੋਈਆਂ ਜਿਮਨੀ ਚੋਣਾਂ ਵਾਂਗ ਆਪ ਪਾਰਟੀ ਨੂੰ ਮਿਲਦਾ ਹੈ ਚੋਣ ਜਿੱਤਣ ਦਾ ਫਤਵਾ। ਇਲੈਕਸ਼ਨ ਲੜਨ ਜਾ ਰਹੇ ਹੋ ਤੁਸੀਂ, ਅੱਗੇ ਕਦੇ ਇਲੈਕਸ਼ਨ ਲੜੇ? ਨਹੀਂ, ਪਹਿਲੀ ਵਾਰ। ਕੰਮ ਕੀ ਕਰਦੇ ਪੇਸ਼ੇ ਵਿੱਚ? ਮੇਰਾ ਆਪਣਾ ਕੰਮ ਨਾਵਲਟੀ ਹੁੰਦਾ ਜੀ। ਹਾਂਜੀ, ਡਰਾਈਵਰੀ ਦਾ ਕੰਮ। ਡਰਾਈਵਰੀ ਦਾ ਪਾਰਟੀ ਦੇ ਮਾਣ ਹੈ ਕਿਤੇ ਨਾ ਕਿਤੇ, ਕਿਉਂਕਿ ਤੁਹਾਨੂੰ ਇੱਕ ਨਮਾਣੇ ਜੇ ਇਹ ਬੰਦੇ ਨੂੰ ਇੱਕ ਟਿਕਟ ਨਵਾਜਿਆ ਤੇ ਮਾਣ ਜੇ ਪਾਰਟੀ ਤੇ ਮਾਣੀ ਤੇ ਫਿਰ ਹੀ ਟਿਕਟ। ਪਹਿਲੇ ਕੀ ਕੰਮ ਰਹਿਣਗੇ ਤੁਹਾਡੇ ਸਟਾਰਟਿੰਗ ਜੇ ਜਿੱਤ ਪ੍ਰਾਪਤ ਹੁੰਦੀ ਆ ਤੁਹਾਨੂੰ, ਤੇ ਕਿੱਦਾਂ ਦੇ ਵਿਕਾਸ ਕਾਰਜ ਆਪਣੇ ਹਲਕੇ ਦੇ ਆਪਣੇ ਪਿੰਡ ਦੇ ਕੀਤੇ ਜਾਣ? ਵਿਕਾਸ ਕਾਰਜ ਇੱਦਾਂ ਜਿੱਤ ਹੁੰਦੀ ਹੈ ਪ੍ਰਾਪਤ ਤੇ ਫਿਰ ਪਿੰਡ ਦੇ ਵਿਕਾਸ ਕਾਰਜ ਕਰਾਂਗੇ ਜਿਹੜੇ ਅਧੂਰੇ ਪਏ। ਜੋ ਕੀ ਕੁਝ ਕਮੀਆਂ ਸਮਝਦੇ ਹੋ ਜਿਹੜੀਆਂ ਉੱਥੇ ਹੋਣ ਵਾਲੀਆਂ ਨੇ? ਜਿਸ ਤਰ੍ਹਾਂ ਗਲੀਆਂ ਨਾਲੀਆਂ ਦੇ ਹੋ ਗਿਆ, ਹੋਰ ਛੋਟੇ ਮੋਟੇ ਕੰਮ, ਲੋਕਾਂ ਦੇ ਕਾਰਡ ਬਣਨ ਵਾਲੇ, ਰਾਸ਼ਨ ਕਾਰਡ, ਹੋਰ ਹੋ ਗਿਆ ਘਰਾਂ ਦੇ ਕੋਈ ਮਰਮ। ਹਾਂਜੀ, 3 ਸਾਲ ਬੀਤ ਗਏ ਆ, ਕੀ ਪਿੰਡ ਦੇ ਵਿੱਚ ਕੋਈ ਕਾਰਜ ਨਹੀਂ ਕੀਤਾ ਗਿਆ? ਨਹੀਂ ਜੀ, ਕੁਛ ਨਹੀਂ। ਅੱਛਾ, ਕੋਈ ਕਾਰਜ ਨਹੀਂ? ਹਾਂਜੀ, ਪਰ ਤੁਹਾਡੇ ਤੋਂ ਪਹਿਲੇ ਜਿਹੜੇ ਗਏ ਨੇ ਉਹ ਤਾਂ ਕਹਿ ਰਹੇ ਕਿ ਵਿਕਾਸ ਕਾਰਜ ਹੀ ਬੜੇ। ਉਹ ਤਾਂ ਸਾਰੇ ਕਹਿੰਦੇ ਹੀ ਇੱਦਾਂ ਹੀ, ਜਿਹੜਾ ਹੈਗਾ ਉਹਨੇ ਤਾਂ ਕਹਿਣਾ ਹੀ ਮੈਂ ਕੀਤੇ ਜਾਂ ਹੋਣ ਦੇ। ਪਰ ਕਿਸ ਤਰੀਕੇ ਨਾਲ ਵੇਖਦੇ ਜਿੱਤ ਨੂੰ ਆਪਣੇ? ਦੇਖੋ, ਜਨਤਾ ਦੇ ਭਰੋਸੇ, ਮਾਲਕ ਦੇ। ਮੌਤ ਹੋ ਗਈ ਸੀ, ਇਸ ਕਰਕੇ ਪਾਰਟੀ ਦਾ ਬਹੁਤ ਧੰਨਵਾਦ ਜਿਹੜਾ ਸਾਨੂੰ ਦੁਬਾਰਾ ਟਿਕਟ ਦਿੱਤੀ ਹੈ। ਕੜਕ ਜਿੱਤਾਂਗੇ ਤੇ ਜਿੱਤ ਕੇ ਆਵਾਂਗੇ। 3 ਸਾਲ ਰਹੀ ਹੈ ਲਗਾਤਾਰ ਆਮ ਆਦਮੀ ਪਾਰਟੀ, 3 ਸਾਲ ਹੋ ਗਏ ਨੇ, ਕਿੰਨੇ ਕੁ ਵਿਕਾਸ ਕਾਰਜ ਦੇਖੇ ਕਿ ਤੁਹਾਡੇ? ਹਾਂ, ਤੇ ਕੋਈ ਵਿਕਾਸ ਵੇਖਿਆ ਨਹੀਂ ਇਹਨਾਂ ਦਾ, ਬਿਲਕੁਲ। ਸਾਡੇ ਤਾਂ ਉੱਥੇ ਸਾਰੇ ਝੂਠ, ਸਭ ਵੋਟਰਾਂ 'ਚ ਝੂਠ ਹੀ ਮਾਰੀ ਜਾਂਦੇ, ਕੱਚੀਆਂ ਸੜਕਾਂ ਦੇ ਪਿੰਡ 'ਚ ਪਾਣੀ ਪੀਣ ਦਾ ਨੱਠਾ, ਉਹ ਵਿਕਾਸ ਕਾਹਦਾ ਕੀਤਾ? ਤੈਨੂੰ ਸਾਨੂੰ ਕੁਛ ਨਹੀਂ ਕੀਤਾ। ਕਿਸੇ ਦਾ ਲੱਤ ਟੁੱਟ ਗਈ, ਅੱਗੇ ਦਾ ਚੂਲਾ ਟੁੱਟ ਗਿਆ, ਉੱਥੇ ਕਈ ਬੰਦੇ ਦੇ ਫਟੜ ਹੋ ਗਏ। ਐਮ ਐਲ ਏ ਸਾਹਿਬ ਮਿਲਦੇ ਹੀ ਨਹੀਂ, ਐਮ ਐਲ ਏ ਸਾਹਿਬ ਤਾਂ ਕਿਤੇ ਮਿਲਦੇ ਨਹੀਂ, ਕਿ ਦਖਲ ਨਹੀਂ ਦਿੰਦੇ ਸਾਡੇ ਪਿੰਡ 'ਚ, ਕਿਤੇ ਝਾਤੀ 'ਤੇ ਮਾਰੋ ਆਣਗੇ, ਕੀ ਹਾਲ ਹੋਇਆ? ਝੂਠੀਆਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਣ, ਯਕੀਨੀ ਜੀ ਹੱਥਾ ਜੀ। ਹਾਂਜੀ, ਵਿਕਾਸ ਜਿਹੜਾ ਕੀਤਾ ਉੱਤੇ ਲੜਾਂਗੇ ਅਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਪਣੀ ਪਾਰਟੀ ਨੂੰ ਜਿੱਤ ਹੀ ਦਵਾਵਾਂਗੇ ਅਤੇ ਅਸੀਂ ਚੰਗੇ ਹੀ ਕੰਮ ਕਰਾਂਗੇ, ਜੋ ਹੋਣ ਵਾਲੇ ਨੇ ਰਹਿੰਦੇ ਬਕਾਇਆ ਕੰਮ ਪਿੰਡ ਦੇ ਕੁਝ, ਉਹ ਅਸੀਂ ਜ਼ਰੂਰ ਕਰਾਂਗੇ। ਇਕਬਾਲ ਜੀ, ਪੇਸ਼ੇ ਵਜੋਂ ਕੰਮ ਕੀ ਕਰਦੇ? ਮੇਰਾ ਜੀ ਪੇਸ਼ਾ ਕਾਰਪੈਂਟਰ ਦਾ ਜੀ। ਕਾਰਪੈਂਟਰ ਦਾ, ਤੁਸੀਂ ਸਮਝਦੇ ਹੋ ਕਿ ਜਿੱਤ ਉੱਥੇ ਯਕੀਨੀ ਬਣਾਵਾਂਗੇ? ਬਿਲਕੁਲ ਜੀ, ਬਿਲਕੁਲ ਯਕੀਨੀ ਬਣਾਵਾਂਗੇ ਜੀ, ਜਿੱਤ ਕੇ ਦਿਖਾਵਾਂਗੇ। ਅੱਗੇ ਕਦੇ ਇਲੈਕਸ਼ਨ ਲੜੇ? ਨਹੀਂ ਜੀ, ਪਹਿਲੀ ਵਾਰ ਲੜੇ ਜੀ। ਪਹਿਲੀ ਵਾਰ ਲੜੇ? ਸੱਤਾਧਾਰੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਦੀ ਹੈ, ਜਿਮਨੀ ਚੋਣਾਂ ਹੋ ਕੇ ਗਈਆਂ, ਪਿੱਛੇ ਵੀ ਸੱਤਾਧਾਰੀ ਦਾ ਕਬਜ਼ਾ ਰਿਹਾ, ਕਿੱਦਾਂ ਵੇਖਦੇ? ਉਹ ਜੀ ਬਿਲਕੁਲ, ਤੁਹਾਨੂੰ ਪਤਾ ਹੀ ਆ ਜੀ, ਸਭ ਨੂੰ ਪਤਾ ਜੀ ਕੀ ਹੋ ਰਿਹਾ ਜੀ, ਧੱਕਾ ਹੋ ਰਿਹਾ ਜੀ, ਸਭ ਨੂੰ ਪਤਾ ਜੀ। ਅੱਛਾ, ਕਿੰਨੇ ਤੁਹਾਡੇ ਪਿੰਡ ਦੀ ਗੱਲ ਕਰੀਏ, ਤੁਹਾਡੇ ਜਿੱਥੇ ਤੁਹਾਡਾ ਇਲਾਕਾ 24 ਨੰਬਰ ਵਾਰਡ ਦੇ, ਉੱਥੇ ਕਿੰਨੇ ਕੁ ਕੰਮ ਹੋ ਚੁੱਕੇ ਨੇ 3 ਸਾਲਾਂ 'ਚ? ਬਿਲਕੁਲ ਕੋਈ ਨਹੀਂ ਕੰਮ ਹੋਇਆ ਜੀ, ਆਹ ਹੁਣ ਇਲੈਕਸ਼ਨ ਹੋਈ ਆ ਡਿਕਲੇਅਰ, ਅਤੇ ਕੋਈ ਛੱਪੜ ਦੀ ਸਫਾਈ ਹੋ ਰਹੀ, ਕੋਈ ਨਾ ਮਾਤਰੀ ਆ ਜੀ ਕੋਈ, ਯਾਨੀ ਕਿ ਕੰਮ ਹੁੰਦੇ ਪਏ ਹੁਣ ਹੋਇਆ ਜੀ, ਪਹਿਲਾਂ ਨਹੀਂ ਕੋਈ ਕੰਮ ਹੋਇਆ, ਉਹ ਵੀ ਕੋਈ
ਨਾ ਮਾਤਰ ਹੀ ਆ ਜੀ, ਖਲਾਰਾ ਜਿਹਾ ਪਾਇਆ, ਕੋਈ ਸਫਾਈ ਕੋਈ ਖਾਸ ਨਹੀਂ ਹੋਈ। ਤੁਹਾਡਾ ਸਭ ਤੋਂ ਪਹਿਲਾਂ ਕੀ ਵਿਕਾਸ ਹੋਵੇਗਾ, ਤੁਹਾਡੇ ਵੱਲੋਂ ਕੀ ਕੰਮ ਕੀਤਾ? ਜਿਹੜੇ ਪਿੰਡ ਦੇ ਸੀਵਰ ਦਾ ਕੰਮ ਆ ਜੀ, ਉਹ ਅਸੀਂ ਸੀਮੈਂਟ ਦੀ ਸੀਵਰ ਦੀ ਸਮੱਸਿਆ ਜ਼ਿਆਦਾ ਜੀ, ਉਹ ਸਾਰਾ ਪਾਣੀ ਪਿੰਡਾਂ ਦੀਆਂ ਗਲੀਆਂ ਤਰ੍ਹਾਂ ਫਿਰਦਾ ਜੀ, ਕੋਈ ਕਿਸੇ ਨੇ ਧਿਆਨ ਨਹੀਂ ਦਿੱਤਾ ਇੰਨੇ ਚਿਰ ਤੋਂ, ਉਹ ਅਸੀਂ ਜ਼ਰੂਰ ਕੰਮ ਕਰਵਾਵਾਂਗੇ। ਜਿਹੜੇ ਇਸ ਤੋਂ ਪਹਿਲਾਂ ਜਿਸ ਤਰੀਕੇ ਨਾਲ ਤੁਹਾਡੇ ਦੇ ਨਾਲ ਦੇ ਸਾਥੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਉੱਥੇ ਜਿੱਤੀ ਹੈ, ਪਰ ਉਸ ਵੇਲੇ ਕਿਉਂ ਨਹੀਂ ਉਹ ਵਿਕਾਸ ਕਾਰਜ? ਜਿਹੜੇ ਕੰਮ ਹੋਏ ਸੀ ਪਹਿਲਾਂ ਹੋਏ ਨੇ, ਉਹ ਹੀ ਸੜਕਾਂ ਜਿਹੜੀਆਂ ਬਣੀਆਂ ਸੀ ਪਹਿਲਾਂ ਉਹ ਬਣੀਆਂ ਨੇ, ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ, ਕੋਈ ਨਾ ਕੋਈ ਵਿਕਾਸ ਹੋਇਆ ਜੇ ਸੀਵਰੇਜ ਦਾ, ਅਤੇ ਉਹਦਾ ਅਸੀਂ ਉਹ ਕਰਾਵਾਂਗੇ ਜ਼ਰੂਰ ਪਹਿਲੇ ਤੌਰ 'ਤੇ ਕੰਮ। ਕੰਮ ਮੈਂ ਮਜ਼ਦੂਰੀ ਕਰਦਾ ਜੀ, ਮਜ਼ਦੂਰੀ ਕਰਦੇ ਹਾਂ। ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ 24 ਨੰਬਰ ਵਾਰਡ ਤੋਂ, ਹਾਂਜੀ ਚਲੋ, ਤੇ ਕਿਸ ਤਰੀਕੇ ਨਾਲ ਵੇਖਦੇ ਹੋ ਕੀ ਕੁਝ ਤੁਹਾਡੇ ਵੱਲੋਂ ਪਹਿਲ ਦੇ ਆਧਾਰ ਤੇ ਪਹਿਲਾਂ ਆਪਣੇ ਇਲਾਕੇ 'ਚ ਕਰਵਾਇਆ ਜਾਏਗਾ? ਪਹਿਲ ਦੇ ਆਧਾਰ ਤੇ ਅੱਗੇ ਕੰਮ ਸ਼ਰੀ ਭਾਜੀ ਨਾਲ ਬਹੁਤ ਕੰਮ ਕਰਾਏ ਨੇ, ਜਾਣੀ ਕਿ ਜਿਹੜਾ ਦੂਜੀਆਂ ਪਾਰਟੀਆਂ ਕਿਸੇ ਨੇ ਨਹੀਂ ਕੀਤਾ ਹੈ, ਬਹੁਤ ਕੰਮ ਜਿਹੜਾ ਸਾਡਾ ਪਿੰਡ ਦੇ ਵਿੱਚ ਨਾ ਕਾਂਗਰਸ ਨੇ ਕਰਾਇਆ ਨਾ ਅਕਾਲੀਆਂ ਕਰਾਇਆ, ਜਿਹੜਾ ਕੰਮ ਕਰਾਇਆ ਆਪਣਾ ਆਮ ਪਾਰਟੀ ਦੇ ਜਿੰਨੇ ਕੰਮ ਕਰਾਏ ਆਮ ਪਾਰਟੀ ਨੇ ਕਰਾਏ, ਪਹਿਲਾ ਕੰਮ ਕੋਈ ਨਹੀਂ ਹੋਇਆ ਜੀ। ਇਲੈਕਸ਼ਨ ਲੜੇ ਪਹਿਲਾਂ ਕਦੇ ਤੁਸੀਂ ਕਿ ਪਹਿਲੀ ਵਾਰ ਲੜ ਰਹੇ? ਪਹਿਲੀ ਵਾਰ ਲਾ ਲਓ ਜੀ। ਇਹ ਕੰਮ ਬੰਦੇ ਨੂੰ ਦਿਹਾੜੀ ਦੱਪੇ ਵਾਲੇ ਬੰਦੇ ਨੂੰ ਅੱਜ ਸਰੋਪਾ ਪੈ ਗਿਆ, ਹਾਂਜੀ ਸਰ ਜੀ, ਜਿੱਤ ਕਿੱਦਾਂ ਵੇਖਦੇ ਹੋ ਆਪਣੇ? ਹੋਰ ਪਰਮਾਤਮਾ ਨੇ ਕਰਨੀ ਜੋ ਕਰਨਾ, ਉਮੀਦ ਆ ਪੂਰੀ? ਹਾਂਜੀ ਉਮੀਦ ਆ ਜੀ। ਪਿੰਡ ਦੇ ਲੋਕ ਨਾਲ ਨੇ ਜੀ ਸਰ?